ਤੁਹਾਡੇ ਜਰੀਏ ਧਿਆਨ 'ਚ ਲਿਆਉਣਾ ਚਾਹੁੰਦਾ ਸਰਕਾਰ ਦੇ ਜੀ, ਜੋ ਸੁਵਿਧਾ ਕੇਂਦਰ ਨੇ ਉਹ ਦੁਵਿਧਾ ਕੇਂਦਰ ਬਣੇ ਹੋਏ ਨੇ। ਉਹ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਤਾ ਜੀ, ਆਮ ਲੋਕਾਂ ਤੋਂ ਫੀਸਾਂ ਤਾਂ ਕੋਈ ਛੋਟੇ ਤੋਂ ਛੋਟੇ ਕੰਮ ਵਾਸਤੇ ਵੀ 1000 ਰੁਪਈਆ, ਪਰ ਉਹਦੇ ਵਿੱਚੋਂ ਸਰਕਾਰ ਨੂੰ ਰੈਵਨਿਊ 50 ਰੁਪਈਏ ਮਸਾ ਜਾਂਦਾ। 21,000 ਰੁਪਈਆ ਪਰ ਕਾਊਂਟਰ ਉਹ ਪ੍ਰਾਈਵੇਟ ਕੰਪਨੀ ਸਰਕਾਰ ਤੋਂ ਲੈ ਰਹੀ ਆ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸੁਵਿਧਾ ਕੇਂਦਰ ਆ, ਜਿਹੜਾ ਕੰਟਰੈਕਟ ਹੋਇਆ, ਇਹਦੇ 'ਤੇ ਧਿਆਨ ਲਿਆ ਕੇ ਸਰਕਾਰ ਇਹਨੂੰ ਰੱਦ ਕਰੇ। ਜਿਹੜਾ ਰੈਵਨਿਊ ਕੰਪਨੀ ਨੂੰ ਜਾ ਰਿਹਾ 1,00,000 ਰੁਪਈਆ, ਉਹ ਕੰਪਨੀ ਵੀ ਡਿਫਾਲਟਰ ਆ। ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ, ਉਹ ਸਰਕਾਰ ਦੇ ਖਜ਼ਾਨੇ 'ਚ ਆਵੇ ਅਤੇ ਸੁਵਿਧਾ ਕੇਂਦਰਾਂ ਵੱਲ ਧਿਆਨ ਦਿੱਤਾ ਜਾਵੇ। ਤੁਹਾਡੇ ਜ਼ਰੀਏ ਧਿਆਨ 'ਚ ਲਿਆਉਣਾ ਚਾਹੁੰਦਾ ਸਰਕਾਰ ਦੇ ਜੀ, ਜੋ ਸੁਵਿਧਾ ਕੇਂਦਰ ਨੇ ਉਹ ਦੁਵਿਧਾ ਕੇਂਦਰ ਬਣੇ ਹੋਏ ਨੇ। ਉਹ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਤਾ ਜੀ, ਆਮ ਲੋਕਾਂ ਤੋਂ ਫੀਸਾਂ ਤਾਂ ਕੋਈ ਛੋਟੇ ਤੋਂ ਛੋਟੇ ਕੰਮ ਵਾਸਤੇ ਵੀ 1,000 ਰੁਪਈਆ, ਪਰ ਉਹਦੇ ਵਿੱਚੋਂ ਸਰਕਾਰ ਨੂੰ ਰੈਵਨਿਊ 50 ਰੁਪਈਏ ਮਸਾ ਜਾਂਦਾ। 21,000 ਰੁਪਈਆ ਪਰ ਕਾਊਂਟਰ ਉਹ ਪ੍ਰਾਈਵੇਟ ਕੰਪਨੀ ਸਰਕਾਰ ਤੋਂ ਲੈ ਰਹੀ ਆ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸੁਵਿਧਾ ਕੇਂਦਰ ਆ, ਜਿਹੜਾ ਕੰਟਰੈਕਟ ਹੋਇਆ, ਇਹਦੇ 'ਤੇ ਧਿਆਨ ਲਿਆ ਕੇ ਸਰਕਾਰ ਇਹਨੂੰ ਰੱਦ ਕਰੇ। ਜਿਹੜਾ ਰੈਵਨਿਊ ਕੰਪਨੀ ਨੂੰ ਜਾ ਰਿਹਾ 1,00,000 ਰੁਪਈਆ, ਉਹ ਕੰਪਨੀ ਵੀ ਡਿਫਾਲਟਰ ਆ। ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ, ਉਹ ਸਰਕਾਰ ਦੇ ਖਜ਼ਾਨੇ 'ਚ ਆਵੇ ਅਤੇ ਸੁਵਿਧਾ ਕੇਂਦਰਾਂ ਵੱਲ ਧਿਆਨ ਦਿੱਤਾ ਜਾਵੇ। ਤੁਹਾਡੇ ਜ਼ਰੀਏ ਧਿਆਨ 'ਚ ਲਿਆਉਣਾ ਚਾਹੁੰਦਾ ਸਰਕਾਰ ਦੇ ਜੀ, ਜੋ ਸੁਵਿਧਾ ਕੇਂਦਰ ਨੇ ਉਹ ਦੁਵਿਧਾ ਕੇਂਦਰ ਬਣੇ ਹੋਏ ਨੇ। ਉਹ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਤਾ ਜੀ, ਆਮ ਲੋਕਾਂ ਤੋਂ ਫੀਸਾਂ ਤਾਂ ਕੋਈ ਛੋਟੇ ਤੋਂ ਛੋਟੇ ਕੰਮ ਵਾਸਤੇ ਵੀ 1,000 ਰੁਪਈਆ, ਪਰ ਉਹਦੇ ਵਿੱਚੋਂ ਸਰਕਾਰ ਨੂੰ ਰੈਵਨਿਊ 50 ਰੁਪਈਏ ਮਸਾ ਜਾਂਦਾ। 21,000 ਰੁਪਈਆ ਪਰ ਕਾਊਂਟਰ ਉਹ ਪ੍ਰਾਈਵੇਟ ਕੰਪਨੀ ਸਰਕਾਰ ਤੋਂ ਲੈ ਰਹੀ ਆ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸੁਵਿਧਾ ਕੇਂਦਰ ਆ, ਜਿਹੜਾ ਕੰਟਰੈਕਟ ਹੋਇਆ, ਇਹਦੇ 'ਤੇ ਧਿਆਨ ਲਿਆ ਕੇ ਸਰਕਾਰ ਇਹਨੂੰ ਰੱਦ ਕਰੇ। ਜਿਹੜਾ ਰੈਵਨਿਊ ਕੰਪਨੀ ਨੂੰ ਜਾ ਰਿਹਾ 1,00,000 ਰੁਪਈਆ, ਉਹ ਕੰਪਨੀ ਵੀ ਡਿਫਾਲਟਰ ਆ। ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ, ਉਹ ਸਰਕਾਰ ਦੇ ਖਜ਼ਾਨੇ 'ਚ ਆਵੇ ਅਤੇ ਸੁਵਿਧਾ ਕੇਂਦਰਾਂ ਵੱਲ ਧਿਆਨ ਦਿੱਤਾ ਜਾਵੇ। ਤੁਹਾਡੇ ਜ਼ਰੀਏ ਧਿਆਨ 'ਚ ਲਿਆਉਣਾ ਚਾਹੁੰਦਾ ਸਰਕਾਰ ਦੇ ਜੀ, ਜੋ ਸੁਵਿਧਾ ਕੇਂਦਰ ਨੇ ਉਹ ਦੁਵਿਧਾ ਕੇਂਦਰ ਬਣੇ ਹੋਏ ਨੇ। ਉਹ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਤਾ ਜੀ, ਆਮ ਲੋਕਾਂ ਤੋਂ ਫੀਸਾਂ ਤਾਂ ਕੋਈ ਛੋਟੇ ਤੋਂ ਛੋਟੇ ਕੰਮ ਵਾਸਤੇ ਵੀ 1,000 ਰੁਪਈਆ, ਪਰ ਉਹਦੇ ਵਿੱਚੋਂ ਸਰਕਾਰ ਨੂੰ ਰੈਵਨਿਊ 50 ਰੁਪਈਏ ਮਸਾ ਜਾਂਦਾ। 21,000 ਰੁਪਈਆ ਪਰ ਕਾਊਂਟਰ ਉਹ ਪ੍ਰਾਈਵੇਟ ਕੰਪਨੀ ਸਰਕਾਰ ਤੋਂ ਲੈ ਰਹੀ ਆ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸੁਵਿਧਾ ਕੇਂਦਰ ਆ, ਜਿਹੜਾ ਕੰਟਰੈਕਟ ਹੋਇਆ, ਇਹਦੇ 'ਤੇ ਧਿਆਨ ਲਿਆ ਕੇ ਸਰਕਾਰ ਇਹਨੂੰ ਰੱਦ ਕਰੇ। ਜਿਹੜਾ ਰੈਵਨਿਊ ਕੰਪਨੀ ਨੂੰ ਜਾ ਰਿਹਾ 1,00,000 ਰੁਪਈਆ, ਉਹ ਕੰਪਨੀ ਵੀ ਡਿਫਾਲਟਰ ਆ। ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ, ਉਹ ਸਰਕਾਰ ਦੇ ਖਜ਼ਾਨੇ 'ਚ ਆਵੇ ਅਤੇ ਸੁਵਿਧਾ ਕੇਂਦਰਾਂ ਵੱਲ ਧਿਆਨ ਦਿੱਤਾ ਜਾਵੇ। ਤੁਹਾਡੇ ਜ਼ਰੀਏ ਧਿਆਨ 'ਚ ਲਿਆਉਣਾ ਚਾਹੁੰਦਾ ਸਰਕਾਰ ਦੇ ਜੀ, ਜੋ ਸੁਵਿਧਾ ਕੇਂਦਰ ਨੇ ਉਹ ਦੁਵਿਧਾ ਕੇਂਦਰ ਬਣੇ ਹੋਏ ਨੇ। ਉਹ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਤਾ ਜੀ, ਆਮ ਲੋਕਾਂ ਤੋਂ ਫੀਸਾਂ ਤਾਂ ਕੋਈ ਛੋਟੇ ਤੋਂ ਛੋਟੇ ਕੰਮ ਵਾਸਤੇ ਵੀ 1,000 ਰੁਪਈਆ, ਪਰ ਉਹਦੇ ਵਿੱਚੋਂ ਸਰਕਾਰ ਨੂੰ ਰੈਵਨਿਊ 50 ਰੁਪਈਏ ਮਸਾ ਜਾਂਦਾ। 21,000 ਰੁਪਈਆ ਪਰ ਕਾਊਂਟਰ ਉਹ ਪ੍ਰਾਈਵੇਟ ਕੰਪਨੀ ਸਰਕਾਰ ਤੋਂ ਲੈ ਰਹੀ ਆ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸੁਵਿਧਾ ਕੇਂਦਰ ਆ, ਜਿਹੜਾ ਕੰਟਰੈਕਟ ਹੋਇਆ, ਇਹਦੇ 'ਤੇ ਧਿਆਨ ਲਿਆ ਕੇ ਸਰਕਾਰ ਇਹਨੂੰ ਰੱਦ ਕਰੇ। ਜਿਹੜਾ ਰੈਵਨਿਊ ਕੰਪਨੀ ਨੂੰ ਜਾ ਰਿਹਾ 1,00,000 ਰੁਪਈਆ, ਉਹ ਕੰਪਨੀ ਵੀ ਡਿਫਾਲਟਰ ਆ। ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ, ਉਹ ਸਰਕਾਰ ਦੇ ਖਜ਼ਾਨੇ 'ਚ ਆਵੇ ਅਤੇ ਸੁਵਿਧਾ ਕੇਂਦਰਾਂ ਵੱਲ ਧਿਆਨ ਦਿੱਤਾ ਜਾਵੇ।